ਵਿਧਾਨ ਸਭਾ ਸੈਸ਼ਨ ਦੌਰਾਨ ਬੀਤੇ ਦਿਨ ਬੇਅਦਬੀ ਮਾਮਲੇ ਦੇ ਗਵਾਹ ਹਰਬੰਸ ਸਿੰਘ ਜਲਾਲ ਨੂੰ ਵਿਧਾਨ ਸਭਾ ਦੇ ਅੰਦਰ ਜਾਣ ਨਹੀਂ ਦਿੱਤਾ ਗਿਆ ਸੀ, ਪਰ ਅੱਜ ਉਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਜਾਣ ਦੀ ਇਜਾਜ਼ਤ ਮਿਲ ਗਈ ਹੈ। ਇਸ ਤੇ ਬੋਲਦਿਆਂ ਉਹਨਾਂ ਕਿਹਾ ਕਿ ਸਪੀਕਰ ਦਾ ਝੂਠਾ ਨਾਮ ਲੈ ਕੇ ਉਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਕੋਲ ਪੱਕੇ ਸਬੂਤ ਨੇ, ਨਾਲ ਹੀ ਉਹਨਾਂ ਕਿਹਾ ਕਿ ਬੁੱਧਵਾਰ ਨੂੰ ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਜਾਵੇਗੀ ਜਿਸ ਦੌਰਾਨ ਉਹ ਬਹੁਤ ਸਾਰੇ ਖੁਲਾਸੇ ਕਰਨਗੇ। ਕੱਲ ਮੈਨੂੰ ਇਹਨਾਂ ਨੇ ਨਹੀਂ ਜਾਣ ਦਿੱਤਾ, ਮੈਂ ਬੜਾ ਹੈਰਾਨ ਸਾਂ। ਤਕਰੀਬਨ ਪੌਣੇ ਡੇਢ ਘੰਟਾ ਮੈਂ ਇੰਤਜ਼ਾਰ ਕੀਤਾ, ਉਹਨਾਂ ਨੇ ਮੈਨੂੰ ਰੋਕ ਲਿਆ। ਅੱਛਾ, ਮੈਨੂੰ ਉਹਨਾਂ ਨੇ ਇਹ ਕਿਹਾ ਕਿ ਤੁਹਾਡੇ ਵਾਸਤੇ ਸਾਡੇ ਕੋਲ ਸਟੈਂਡਿੰਗ ਆਰਡਰ ਹੈ ਬਾਈ ਨੇਮ ਕਿ ਹਰਬੰਸ ਸਿੰਘ ਜਲਾਲ ਜੇ ਆਵੇ ਤਾਂ ਉਸ ਨੂੰ ਅੰਦਰ ਨਹੀਂ ਜਾਣ ਦੇਣਾ। ਮੇਰੀ ਗੱਲ ਸੁਣ, ਕੱਲ ਮੈਨੂੰ ਅੰਦਰ ਨਹੀਂ ਜਾਣਾ ਤਾਂ ਉਸ ਬਾਰੇ ਪੁੱਛਦੇ ਹੋ ਕਿ ਤੁਸੀਂ ਉਸ ਬਾਰੇ? ਨਾ ਨਾ, ਵੈਸੇ ਉਹ ਤੁਹਾਡਾ ਸਟੈਂਡ ਤੇ ਹੋ, ਤੁਸੀਂ ਕਾਇਮ ਅਜੇ ਸੋਲਿਡ ਪ੍ਰੂਫ ਹੈ। ਦੋ ਤਰ੍ਹਾਂ ਦੇ ਪ੍ਰੂਫ ਹੈ, ਇੱਕ ਪ੍ਰੂਫ ਤਾਂ ਉਹ ਹੈ ਜਿਹੜਾ ਕਿ ਜਿਹੜਾ ਕਿ ਉਸ ਆਦਮੀ ਦੇ ਜਿਹਨੂੰ ਗਿਆਨੀ ਗੁਰਮੁਖ ਸਿੰਘ ਦਾ ਮਿੰਟ ਦਾ ਪਤਾ ਕਿ ਗਿਆਨੀ ਕਿੱਥੇ ਗਿਆ, ਕਿਵੇਂ ਗਿਆ। ਦੂਜੇ ਪਾਸੇ ਮੇਰੇ ਕੋਲ ਉਹ ਸਬੂਤ ਹੈ ਜਿਹਨਾਂ ਨੂੰ ਪੰਜਾਬ ਸਰਸੇ ਵਾਲੇ ਦਾ ਪੰਜਾਬ ਦੇ ਵਿੱਚ ਜੋ ਵੀ ਆਰਡਰ ਆਉਂਦਾ ਹੈ ਉਹਨੂੰ ਕਿਵੇਂ ਆਇਆ, ਕਿਹੜਾ ਆਇਆ, ਕਿਵੇਂ। ਸੋ ਹੁਣ ਵੇਖਣਾ ਹੋਵੇਗਾ ਕਿ ਹਰਬੰਸ ਸਿੰਘ ਜਲਾਲ ਵੱਲੋਂ ਕਿਹੜੇ ਕਿਹੜੇ ਖੁਲਾਸੇ ਕੀਤੇ ਜਾਣਗੇ। ਚੰਡੀਗੜ੍ਹ ਤੋਂ ਜਤਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ।